100 ਰੁਪਏ ਜਮਾ ਕਰਵਾਉਣਾ ਹੈ ਤਾਂ ਤੁਸੀਂ ਆਉਣ ਵਾਲੇ ਸਾਲ ਦੇ ਵਿੱਚ ਕਰੋੜਪਤੀ ਬਣ ਸਕਦੇ ਹੋ ਸੁਣ ਕੇ ਥੋੜੀ ਹੈਰਾਨੀ ਹੁੰਦੀ ਹੈ ਕਿ ਅਜਿਹਾ ਕਿਵੇਂ ਸੰਭਵ ਹੈ ਕਿ ਸਿਰਫ ਹਰ ਮਹੀਨੇ 100 ਰੁਪਏ ਜਮਾ ਕਰਾਓ ਤੇ ਆਉਣ ਵਾਲੇ ਸਮੇਂ ਵਿੱਚ ਕਿਵੇਂ ਲੱਖਪਤੀ ਕਰੋੜਪਤੀ ਤੁਸੀਂ ਬਣ ਸਕਦੇ ਹੋ ਜ਼ਾਹਿਰ ਹੈ ਕਿ ਇਹ ਇੱਕ ਸਕੀਮ ਜ਼ਰੂਰ ਹੋਵੇਗੀ ਦਰਅਸਲ ਜਿਸ ਤਰੀਕੇ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਲੋਕੀ ਇਨਵੈਸਟਮੈਂਟ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਨੇ ਮਿਊਚੁਅਲ ਫੰਡ ਹੋਵੇ ਜਾਂ ਹੋਰ ਅਜਿਹੇ ਫੰਡ ਇਸੇ ਤਰੀਕੇ ਦੇ ਨਾਲ ਇੱਕ ਬਹੁਤ ਹੀ ਸੌਖਾ ਤਰੀਕਾ ਹੈ ਜਿਸ ਦੇ ਨਾਲ ਤੁਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਬੜੇ ਹੀ ਆਰਾਮ ਨਾਲ ਕਰੋੜਪਤੀ ਬਣ ਸਕਦੇ ਹੋ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਮਾਈਕਰੋ ਸਿਪ ਦੀ ਸਿਪ ਯਾਨੀ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਜਿਸ ਦੇ ਵਿੱਚ ਤੁਸੀਂ ਇਨਾ ਜੋਖਮ ਨਹੀਂ ਉਠਾਣਾ ਸਗੋ ਤੁਸੀਂ ਆਰਾਮ ਨਾਲ ਛੋਟੇ-ਛੋਟੇ ਇੱਕ ਸਿਸਟਮੈਟਿਕ ਪਲਾਨ ਦੇ ਨਾਲ ਮਿਊਚੁਅਲ ਫੰਡ ਦੇ ਜ਼ਰੀਏ ਜਾਂ ਫਿਰ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਇਨਵੈਸਟਮੈਂਟ ਕਰ ਸਕਦੇ ਹੋ ਇਹ ਇਨਵੈਸਟਮੈਂਟ 100 ਰੁਪਏ ਤੋਂ ਵੀ ਸ਼ੁਰੂਆਤ ਹੁੰਦੀ ਹੈ ਇਸ ਇਨਵੈਸਟਮੈਂਟ ਦੀ ਤੇ ਇਸ ਦੇ ਨਾਲ ਹੀ ਆਉਣ ਵਾਲੇ ਸਾਲਾਂ ਦੇ ਵਿੱਚ ਤੁਸੀਂ ਵਧੀਆ ਲਾਭ ਲੈ ਸਕਦੇ ਹੋ ਤੇ ਕਰੋੜਾ ਪਤੀ ਜਿਹੜੇ ਆ ਆਰਾਮ ਨਾਲ ਬਣ ਸਕਦੇ ਹੋ ਇਸ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਮਾਈਕਰੋ ਸਿਪ ਹੁੰਦੀ ਕੀ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਦਾ ਫਾਇਦਾ ਉਠਾ ਸਕਦੇ ਹੋ ਤੇ ਕੀ ਕੀ ਚੀਜ਼ਾਂ ਤੁਹਾਨੂੰ ਲੋੜਿੰਦੀਆਂ ਹੋਣਗੀਆਂ ਇਸ ਸਕੀਮ ਨੂੰ ਸ਼ੁਰੂ ਕਰਨ ਦੇ ਲਈ ਦਰਅਸਲ ਮਾਈਕਰੋ ਸਿਪ ਯਾਨੀ ਕਿ ਛੋਟਾ ਮਾਈਕਰੋ ਦਾ ਮਤਲਬ ਸਿਪ ਦਾ ਮਤਲਬ ਸਿਸਟਮੈਟਿਕ ਇਨਵੈਸਟਮੈਂਟ ਪਲੈਨ ਸਿਰਫ ਹਰ ਮਹੀਨੇ 100 ਰੁਪਏ ਦਾ ਇੱਕ ਛੋਟਾ ਜਿਹਾ ਨਿਵੇਸ਼ ਤੁਹਾਨੂੰ ਲੰਬੇ ਸਮੇਂ ਦੇ ਲਈ ਕਰੋੜਾ ਰੁਪਏ ਦੇ ਫੰਡ ਪ੍ਰਦਾਨ ਕਰ ਸਕਦਾ ਹੈ ਜੇਕਰ ਤੁਸੀਂ ਹਰ ਮਹੀਨੇ 100 ਰੁਪਏ ਦੀ ਮਾਈਕਰੋ ਸਿੱਪ ਕਰਦੇ ਹੋ ਤਾਂ ਤੁਸੀਂ ਇੱਕ ਸਾਲ ਦੇ ਵਿੱਚ 1200 ਰੁਪਏ ਜਮ੍ਹਾਂ ਕਰ ਸਕਦੇ ਹੋ ਤੇ ਆਉਣ ਵਾਲੇ 20 ਸਾਲਾਂ ਦੇ ਵਿੱਚ ਤੁਹਾਡੀ ਜਮ੍ਹਾਂ ਰਕਮ 25000 ਰੁਪਏ ਹੋ ਜਾਵੇਗੀ ਜੇਕਰ ਤੁਹਾਨੂੰ ਇਸ ਉੱਤੇ ਹਰ ਸਾਲ 12% ਦੇ ਰਿਟਰਨ ਮਿਲੇਗਾ ਦਾ 98925 ਰੁਪਏ ਦਾ ਫੰਡ ਬਣ ਜਾਵੇਗਾ 30 ਸਾਲਾਂ ਦੇ ਵਿੱਚ ਲਗਭਗ 3.5 ਲੱਖ ਰੁਪਏ ਹੋ ਜਾਵੇਗਾ ਤਾਂ ਜੇਕਰ ਤੁਸੀਂ 50 ਸਾਲਾਂ ਦੇ ਵਿੱਚ ਦੇਖੋ ਤਾਂ 39 ਲੱਖ ਰੁਪਏ ਤੱਕ ਇਹ ਪਹੁੰਚ ਜਾਵੇਗਾ ਜੇਕਰ ਸਿਪ ਨਿਵੇਸ਼ ਸਿਰਫ 100 ਰੁਪਏ ਨਾਲ ਸ਼ੁਰੂ ਕਰ ਦਿੰਦੇ ਆ ਤਾਂ ਇਸ ਨੂੰ ਮਾਈਕਰੋ ਸਿਪ ਨਿਵੇਸ਼ ਕਿਹਾ ਜਾਂਦਾ ਹੈ 뮤ਚੁਅਲ ਫੰਡ ਰੈਗੂਲੇਟ ਸੈਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਨੇ ਮਾਈਕਰੋਸਿਪ ਦੇ ਵਿੱਚ ਨਿਵੇਸ਼ ਕਰਨ ਵਾਲਿਆਂ ਦੇ ਲਈ ਕੇਵਾਈਸੀ ਨਿਯਮ ਨੂੰ ਸੌਖਾ ਕਰ ਦਿੱਤਾ ਹੈ ਨਿਵੇਸ਼ਕ ਬਿਨਾ ਪੈਨ ਕਾਰਡ ਤੋਂ ਵੀ ਇਸ ਵਿੱਚ ਨਿਵੇਸ਼ ਕਰ ਸਕਦੇ ਨੇ ਦੋ ਸ਼ਰਤਾ ਦੀ ਪਾਲਣਾ ਕਰਨੀ ਹੋਵੇਗੀ ਕੋਈ ਵੀ ਵਿਅਕਤੀ ਹਰ ਸਾਲ ਦੇ ਵਿੱਚ 50000 ਰੁਪਏ ਤੋਂ ਵੱਧ ਦਾ ਨਿਵੇਸ਼ ਨਹੀਂ ਕਰ ਸਕੇਗਾ ਉਸ ਨੂੰ ਨਾਮ ਅਤੇ ਪਤੇ ਦੇ ਨਾਲ ਪਛਾਣ ਪੱਤਰ ਦੇਣਾ ਲਾਜ਼ਮੀ ਹੋਵੇਗਾ ਤੇ ਨਾਲ ਹੀ ਦੱਸ ਦਈਏ ਕੀ ਜਿਹੜਾ ਮਾਈਕਰੋ ਚਿਪ ਦੇ ਲਈ ਪੈਨ ਜਾਂ KYC ਦਸਤਾਵੇਜ਼ਾਂ ਦੀ ਬਿਲਕੁਲ ਵੀ ਲੋੜ ਨਹੀਂ ਹੈ ਹਾਲਾਂਕਿ ਤੁਹਾਡੇ ਕੋਲ ਫੋਟੋ ਪਛਾਣ ਦਸਤਾਵੇਜ਼ ਫੋਟਰ ਆਈਕ ਆਈ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਦੀ ਇੱਕ ਛੋਟੀ ਕਾਪੀ ਹੋਣੀ ਚਾਹੀਦੀ ਹੈ ਉਹਨਾਂ ਦੀ ਤਸਦੀਕ ਦੇ ਲਈ ਅਸਲ ਦਸਤਾਵੇਜ਼ ਵੀ ਦਿਖਾਉਣੇ ਪੈਣਗੇ ਦੇ ਨਾਲ ਹੀ ਮਾਈਕਰੋਸਕ੍ਰਿਪ ਦੇ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਸੰਪਤੀ ਪ੍ਰਬੰਧਨ ਕੰਪਨੀਆਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ ਜੋ ਦਸਤਾਵੇਜ਼ ਤੁਸੀਂ ਸਬੂਤਾ ਦੇ ਤੌਰ ਤੇ ਦੇ ਰਹੇ ਹੋ ਪਛਾਣ ਦੇ ਲਈ ਉਹ ਸਹੀ ਹੋਣੇ ਚਾਹੀਦੇ ਨੇ ਨਿਵੇਸ਼ਕਾਂ ਨੂੰ ਇਸ ਉੱਤੇ ਦਸਤਾਵੇਸਤਕਤ ਵੀ ਕਰਨੇ ਪੈਣਗੇ ਜੋ ਕਿ ਇੱਕ ਮਿਊਚੁਅਲ ਫੰਡ ਵਿਕਰੇਤਾ ਵਜੋਂ AMFI ਨਾਲ ਰਜਿਸਟਰ ਹੋਣਗੇ ਤੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਕੌਣ-ਕੌਣ ਇਸ ਵਿੱਚ ਨਿਵੇਸ਼ ਕਰ ਸਕਦਾ ਹੈ ਵਿਅਕਤੀ ਪ੍ਰਵਾਸੀ ਭਾਰਤੀ ਨਵਾਲਕ ਵੀ ਮਾਈਕਰੋਸਟਿਪ ਵਿੱਚ ਆਪਣਾ ਖਾਤਾ ਖੋਲ੍ਹ ਸਕਦੇ ਨੇ HOF ਜਾਂ ਸੰਸਥਾਗਤ ਨਿਵੇਸ਼ਕਦੀ ਹੋਰ ਸ਼੍ਰੇਣੀ ਨੂੰ ਮਾਈਕਰੋਸਿਫਟ ਦੇ ਲਈ ਛੋਟ ਨਹੀਂ ਹੈ ਤਾਂ ਇਹ ਉਹ ਤਰੀਕਾ ਹੈ ਜਿਸ ਦੇ ਵਿੱਚ ਤੁਸੀਂ ਆਰਾਮ ਦੇ ਨਾਲ 100 ਰੁਪਏ ਤੋਂ ਵੀ ਆਪਣੀ ਜਿਹੜਾ ਨਿਵੇਸ਼ ਕਰ ਸਕਦੇ ਹੋ ਇਹਦੇ ਵਿੱਚ ਨਵਾਲਕ ਵੀ ਸ਼ਾਮਿਲ ਨੇ ਪੈਨ ਕਾਰਡ ਦੀ ਵੀ ਜ਼ਰੂਰਤ ਨਹੀਂ ਹੈ ਸਗੋਂ ਤੁਸੀਂ ਇੱਕ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਕਾਰਡ ਦਿਖਾ ਕੇ ਵੀ ਹਰ ਮਹੀਨੇ 100 ਰੁਪਏ ਦਾ ਨਿਵੇਸ਼ ਕਰਨਾ ਹੈ ਜੇਕਰ ਤੁਸੀਂ 50 ਸਾਲ ਤੱਕ ਇਸੇ ਤਰੀਕੇ ਦੇ ਨਾਲ 100 ਰੁਪਏ ਦਾ ਨਿਵੇਸ਼ ਕਰੋਗੇ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਲਾਜ਼ਮੀ ਤੌਰ ਤੇ ਲੱਖ ਰੁਪਏ ਤੇ ਕਰੋੜਾ ਰੁਪਏ ਕਮਾ ਸਕਦੇ ਹੋ ਬਹੁਤ ਹੀ ਆਸਾਨ ਤਰੀਕਾ ਇਸ ਨੂੰ ਮਾਈਕਰੋਸ਼ਿਫਟ ਕਿਹਾ ਜਾਂਦਾ ਹੈ ਬਹੁਤ ਸਾਰੇ ਲੋਕ ਇਸ ਦੇ ਵਿੱਚ ਇਨਵੈਸਟਮੈਂਟ ਕਰਕੇ ਆਪਣਾ ਫਾਇਦਾ ਖਾਟ ਰਹੇ ਨੇ ਤੇ ਕਾਫੀ ਸਾਰੇ ਲੋਕ ਇਸ ਰਾਹੀਂ ਕਰੋੜਪਤੀ ਵੀ ਬਣਿਆ ਇਹ ਇੱਕ ਬਿਲਕੁਲ ਜੈਨੂਨ ਤਰੀਕਾ ਹੈ ਤੁਸੀਂ ਆਪਣੇ ਹੀ ਪੈਸੇ ਨੂੰ ਸਹੀ ਤੰਗ ਦੇ ਨਾਲ ਇੱਕ ਇਨਵੈਸਟਮੈਂਟ ਪਲਾਨ ਦੇ ਜ਼ਰੀਏ ਇਨਵੈਸਟ ਕਰਦੇ ਹੋ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਨਾਲ ਤੁਹਾਨੂੰ ਵੱਡਾ ਮੁਨਾਫਾ ਵੀ ਹੁੰਦਾ ਹੈ ਤੇ ਨਾਲ ਹੀ ਸਭ ਤੋਂ ਵੱਡੀ ਗੱਲ ਹੈ 100 ਰੁਪਿਆ ਬਹੁਤ ਹੀ ਛੋਟੀ ਕੀਮਤ ਹੈ ਆਰਾਮ ਨਾਲ ਕੋ ਇਹ ਵੀ ਵਿਅਕਤੀ ਹਰ ਮਹੀਨੇ ਇਸ ਨੂੰ ਕੱਢ ਸਕਦਾ ਹੈ ਤੇ ਇਸ ਦੇ ਨਾਲ ਹੀ ਇਸ ਦਾ ਫਾਇਦਾ ਚੁੱਕ ਸਕਦਾ ਹੈ ਤਾਂ ਦੇਰ ਕਿਸ ਗੱਲ ਦੀ ਕਰ ਰਹੇ ਹੋ ਤੇ ਅੱਜ ਹੀ ਆਪਣਾ ਖਾਤਾ ਖੁਲਵਾਓ ਤੇ ਨਾਲ ਹੀ ਇਸ ਦੇ ਬੈਨੀਫਿਟਸ ਵੀ ਬਹੁਤ ਹੈ ਤੇ ਨਾਲ ਤੁਸੀਂ ਨਾਮੀ ਕੰਪਨੀਆਂ ਦੇ ਨਾਲ ਹੋਰ ਡਿਟੇਲਿੰਗ ਦੇ ਵਿੱਚ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ ਤਾਂ ਮਾਈਕਰੋ ਸਿਪ ਦੇ ਵਿੱਚ ਇਨਵੈਸਟ ਕਰਨਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਸੌਖਾ ਹੈ ਤੇ ਨਾ ਹੀ ਤੁਹਾਨੂੰ ਕੇਆਈਸੀ ਦੀ ਲੋੜ ਹੈ ਤੇ ਨਾ ਹੀ ਤੁਹਾਨੂੰ ਪੈਨ ਕਾਰਡ ਦੀ ਲੋੜ ਹੈ ਸਿਰਫ ਤਾਂ ਸਿਰਫ ਆਪਣੀ ਨੋਰਮਲ ਜਿਹੜੀ ਪਛਾਣ ਪੱਤਰ ਹੈ ਉਸ ਦੇ ਜ਼ਰੀਏ ਹੀ ਤੁਸੀਂ ਆਪਣੇ ਇਨਵੈਸਟਮੈਂਟ ਆਰਾਮ ਨਾਲ ਕਰ ਸਕਦੇ ਹੋ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਲੱਖਪਤੀ ਕਰੋੜਪਤੀ ਆਰਾਮ ਨਾਲ ਬਣ ਸਕਦੇ ਹੋ ਤਾਂ ਵਡੀਆਂ ਤੇ ਹੋਰ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ ਤਾਂ ਵਡੀਆਂ ਤੇ ਹੋਰ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ